बिस्मिल्लाहिर्रहमानिर्रहीम, अस्सलाम वालेकुम जी मेरी प्यारी यूट्यूब फैमिली, वेलकम टू ਤੁਹਾਡਾ ਆਪਣਾ ਵਲੌਗ ਆਮੀਨਾ ਸ਼ਹਿਜ਼ਾਦੀ। ਮੇਰੀ ਦੁਆ ਵਾ ਤੁਸੀਂ ਜਿੱਥੇ ਰਹੋ ਸਦਾਸਤੇ ਰਹੋ ਵਾਸਤੇ ਰਹੋ ਸ਼ਾਦ ਰਹੋ ਮੈਂ ਸ਼ਬਾਦ ਰਹੋ ਕਿਸੇ ਦਾ ਪਰੇਸ਼ਾਨੀ ਅੱਲਾ ਤਾਲਾ ਦੇ ਹਬੀਬ ਦੇ ਸਦਕੇ ਦੂਰ ਹੈ ਅੱਲਾ ਮੇਰੇ ਕੋਲ ਕਾਇਨਾਤ ਦੇ ਘਰ ਬਾਜ ਬਰਕ ਪਰ ਆਮੀਨ ਸੁਮਾਮੀਨ। ਹਾਂਜੀ ਗਾਇਜ਼, ਜਿਹੜੇ ਮੇਰੇ ਪਿਆਰੇ ਭਾਈ ਮੇਰੇ ਚੈਨਲ 'ਤੇ ਨਿਊ ਨੇ, ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਦੇ ਬਟਨ ਦਬਾ ਦਿਓ ਤਾਂ ਕਿ ਹਰ ਵੀਡੀਓ ਬਾਅਦ ਸਾਰੇ ਨਾਲ ਮੇਰੇ ਪਿਆਰੇ ਭਾਈਆਂ ਨੂੰ ਪਹੁੰਚ ਸਕੇ। ਅਗਰ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਮਦਦ ਤੱਕ ਵੀਡੀਓ ਨੇ ਵੀ ਲਾਈਕ ਕਰ ਦਿਓ। ਹਾਂਜੀ ਗਾਇਜ਼, ਸਭ ਤੋਂ ਪਹਿਲਾਂ ਤੁਹਾਡੀ ਭੈਣ ਇੰਨੇ ਦੇ ਵਲੌਗ ਕਿਉਂ ਨਹੀਂ ਬਣਾ ਪਾਈ, ਮਾਜ਼ਰਤ ਚਾਹੁੰਦੇ ਹਾਂ। ਇਹ ਵੀ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਮਿਸ ਕੀਤਾ ਜੀ, ਜਿਹਨੇ ਮੇਰੇ ਪਿਆਰੇ ਭਾਈਆਂ ਨੇ ਮੇਰੇ ਵਲੌਗ ਨੂੰ ਮਿਸ ਕੀਤਾ, ਕਮੈਂਟ 'ਚ ਲਾਜ਼ਮੀ ਦੱਸਿਓ। ਅੱਛਾ ਖੈਰ ਗਾਇਜ਼, ਆਮਨਾ ਮੈਡਮ ਨੂੰ ਆਮਨਾ ਨੂੰ ਕਹਿੰਦੇ ਕਮਰੇ ਦੀ ਸੈਟਿੰਗ ਵਗੈਰਾ ਕਰੇ ਤਾਂ ਭਾਈ ਆਏ, ਭਾਈ ਬੜੇ ਗੁੱਸੇ 'ਚ ਸੀਗੇ, ਫੁੱਲ ਗੁੱਸੇ 'ਚ ਫੁੱਲ ਗਰਮੀ 'ਚ, ਕਹਿੰਦੇ ਜਲਦੀ ਜਲਦੀ ਗੋਸ਼ਤ ਛਿਲਕਾ ਮੇਰੇ ਵਾਸਤੇ, ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ। ਅਤੇ ਮੈਂ ਕਿਹਾ ਠੀਕ ਹੋ ਗਿਆ ਭਾਈ, ਤੁਸੀਂ ਟੈਨਸ਼ਨ ਨਾ ਲਓ, 2 ਮਿੰਟ ਲੱਗਣਗੇ ਕਿ ਤੁਹਾਡੀ ਕੜਾਹੀ ਤਿਆਰ ਹੋ ਜਾਏਗੀ। ਚਲੋ ਭਾਈ ਲੈਟਸ ਗੋ, ਹੁਣ ਆਪਾਂ ਆਪਣੇ ਕੰਮ ਵੱਲ ਚੱਲਦੇ ਹਾਂ। ਗਾਇਸ ਹੁਣ ਮੈਂ ਬਹੁਤ ਖੁਸ਼ ਹਾਂ, ਮੈਂ ਆਪਦੀ ਆਪੀ ਸ਼ਾਦੀਆ ਕੋਲੋਂ ਹੋ ਗਈ। ਹੁਣ ਨਾ ਭਾਈ ਬਹੁਤ ਗੁੱਸੇ ਵਿੱਚ ਆ, ਅਸੀਂ ਕੜਾਈ ਬਣਾਉਣ ਲੱਗੇ ਸੀ। ਅੱਛਾ ਖੈਰ ਗਾਇਸ, ਮੈਂ ਤਾਂ ਲੱਕੜਾਂ ਪਹਿਲਾਂ ਜੋੜੀਆਂ, ਹੁਣ ਫਿਰ ਜੋੜਦੇ ਛੱਤ ਪਰ, ਅਤੇ ਟੋਪ ਤਾਂ ਤੁਸੀਂ ਦੇਖ ਹੀ ਰਹੇ ਹੋ, ਬਹੁਤ ਗਰਮੀ ਆ, ਉਹ ਮਾਝੇ ਸੁੱਕੜਾ, ਅਤੇ ਉਹ ਤੁਸੀਂ ਜਿੰਨਾ ਹੋ ਸਕੇ ਨਾ ਮੈਨੂੰ ਸਪੋਰਟ ਕਰੋ। ਹਾਂਜੀ ਗਾਇਸ, ਪਾਣੀ ਆਪਾਂ ਵਿੱਚ ਪਾ ਰਹੇ ਹਾਂ ਕੜਾਹੀ 'ਚ, ਤੁਸੀਂ ਦੇਖ ਸਕਦੇ ਹੋ। ਆਪਾਂ ਆਇਸ਼ਾ ਸਦੀਕਾ ਕੋਲੋਂ ਵਿੱਚ ਪਾਣੀ ਐਡ ਕਰਵਾਇਆ ਵਾ, ਫਿਰ ਵੀ ਤੁਹਾਨੂੰ ਦੱਸਦੇ ਹਾਂ ਆਇਸ਼ਾ ਸਦੀਕਾ ਕੌਣ ਆ। ਹਾਂਜੀ ਗਾਇਸ, ਪਾਣੀ ਆਪਾਂ ਉੱਪਰ ਰੱਖਤਾ, ਆ ਸਾਡੀ ਆਇਸ਼ਾ ਸਦੀਕਾ ਗਾਇਸ, ਇਹਨਾਂ ਡਰੈਸ ਕਹਿੰਦਾ ਨਾ ਪਹਿਲੇ ਬਿਸਮਿਲਲਾ ਸੀ, ਕਹਿੰਦੇ ਨਾਮ ਚੇਂਜ ਕਰੋ, ਇਸ ਲਈ ਅਸੀਂ ਇਹਦਾ ਨਾਮ ਰੱਖਤਾ ਆਇਸ਼ਾ ਸਦੀਕਾ। ਹਾਂਜੀ ਗਾਇਸ, ਚਲੋ ਹੁਣ ਆਪਾਂ ਗੋਸ਼ਤ ਵਿੱਚ ਐਡ ਕਰਦੇ ਹਾਂ। ਨਮਕ ਆਪਾਂ ਵਿੱਚ ਐਡ ਕਰਤਾ, ਤੇ ਹੁਣ ਉੱਪਰ ਇਹਨੂੰ ਫਰਾਈ ਹੋਣ ਵਾਸਤੇ ਵੀ ਮਤਲਬ ਖੁੱਲਣ ਵਾਸਤੇ ਪਲੇਟ ਦੇ ਦੇਣੇ, ਤਾਂ ਆਪਾਂ ਉਹਨੇ ਦੇ ਚੱਲਦੇ ਹਾਂ ਛਾਂ ਤੇ ਕੁਛ ਗੱਲਾਂ ਵਗੈਰਾ ਕਰਦੇ ਹਾਂ। ਤੇ ਗਾਇਸ, ਹਾਂਜੀ ਗਾਇਸ, ਇੱਕ ਡਾਇਲੋਗ ਬਹੁਤ ਮਸ਼ਹੂਰ ਹੋਇਆ ਸੀਗੇ, ਤੁਹਾਡੀ ਭੈਣ ਨੇ ਉਹ ਡਾਇਲੋਗ ਬੋਲ ਗਈ ਕਿ ਸੜਾ ਤਰੀਕਾ ਸੜਾ ਅੱਜ ਮੈਂ ਬਣਾਉਂਦੀ ਮੈਂ ਕੜਾਹੀ, ਉਹ ਵੀ ਕੱਟੇ ਦੀ, ਜਿੰਨਾ ਹੋ ਸਕੇ ਓਨਾ ਸੜੋ, ਕਿਉਂਕਿ ਮੈਂ ਬਹੁਤ ਖੁਸ਼ ਹਾਂ, ਸੜਾ ਤਰੀਕਾ ਸੜੋ। ਹਾਂਜੀ ਗਾਇਸ, ਆਪਣੀ ਨਮਕੀਨ ਕੜਾਹੀ ਹੋ ਰਹੀ ਹੈ ਤਿਆਰ, ਤੁਸੀਂ ਦੇਖ ਸਕਦੇ ਹੋ। ਦੇਖੋ ਮੈਡਮ ਚਮਚਾ, ਆਇਸ਼ਾ ਸਦੀਕਾ ਛੁਰੀ ਪਕੜ, ਬੜੀ ਦੇਰ ਲੱਗਦੀ ਹੈ ਗਾਇਸ ਨਮਕੀਨ ਕੜਾਹੀ ਬਣਾਉਣ 'ਚ। ਕਿੰਨੀ ਦੇਰ ਲੱਗ ਜਾਏਗੀ ਅਭੀ? ਤਕਰੀਬਨ ਅੱਧਾ ਘੰਟਾ। ਹਾਂਜੀ ਗਾਇਸ, ਤੁਸੀਂ ਦੇਖ ਸਕਦੇ ਹੋ ਕੜਾਹੀ ਹੋ ਗਿਆ ਆਪਣੇ ਮੇਰੇ ਕੋਲ ਤਿਆਰ, ਤੇ ਹੁਣ ਕੜਾਹੀ ਨੂੰ ਲੈ ਕੇ ਚੱਲਦੇ ਅੰਦਰ, ਤੇ ਬਸ ਹੁਣ ਖਾਣ ਦਾ ਇੰਤਜ਼ਾਰ ਆ। ਹਾਂਜੀ ਗਾਇਸ, ਕੜਾਹੀ ਰੱਖਤੀ ਹੈ ਤੁਹਾਨੂੰ ਤੁਹਾਡੀ ਵੀਡੀਓ ਦਾ ਐਂਡ, ਅਗਰ ਮੇਰੇ ਪਿਆਰੇ ਬਹਿਣ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੇ ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਖੈਰ ਮੇਰੀ ਵੀਡੀਓ ਬਸ ਆ ਨਾਲ ਮੇਰੇ ਪਿਆਰੇ ਬਹਿਣ ਭਾਈ ਤੋਂ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ, ਅੱਲਾ ਹਾਫਿਜ਼।